ਅਸੀਂ ਦੇਖ ਰਹੇ ਇੱਕ ਲੈ ਨਿਊਜ਼ ਚੈਨਲ ਮਾਲਪਾ ਦੇ ਲਾਗੇ ਪਿੰਡ ਜੈਤਪੁਰ ਵਿਖੇ ਇੱਕ ਅੰਬ ਦਾ ਦਰਖਤ ਡਿੱਗਣ ਦੇ ਨਾਲ ਤਿੰਨ ਜਾਣੇ ਹਾਦਸਾ ਗ੍ਰਸਤ ਹੋ ਗਏ ਜਿਸ ਵਿੱਚ ਦੋ ਲੇਡੀਜ਼ ਤੇ ਇੱਕ ਜੈਂਟਸ ਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਹੁਸ਼ਿਆਰਪੁਰ ਦੇ ਸਰਕਾਰੀ ਹਸਪੀਟਲ ਵਿਖੇ ਭੇਜ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਐਕਟਿਵਾ ਸੀ ਐਕਟਿਵਾ ਨੂੰ ਉਹਨਾਂ ਨੇ ਇੱਕ ਸਾਈਡ ਉੱਤੇ ਕਰ ਦਿੱਤਾ ਗਿਆ ਤੇ ਜੋ ਅੰਬ ਦਾ ਦਰਖਤ ਆ ਇਹ ਕਾਫੀ ਸਾਲਾਂ ਪੁਰਾਣਾ ਆ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਕਰੇਨ ਦੀ ਸਹਾਇਤਾ ਨਾਲ ਪਰੇ ਕਰਾਇਆ ਜਾ ਰਿਹਾ ਇਸ ਤਰ੍ਹਾਂ ਸਾਡੇ ਨਾਲ ਮੌਜੂਦ ਆ ਇੱਥੇ ਦੇ SHO ਸਾਹਿਬ ਪ੍ਰਦੀਪ ਕੁਮਾਰ ਜੀ ਉਹਨਾਂ ਤੋਂ ਪੁੱਛਦੇ ਆ ਵੀ ਉਹਨਾਂ ਦਾ ਕੀ ਕਹਿਣਾ ਹਾਂਜੀ ਸਰ ਸਰ ਕੀ ਕਹਿਣਾ ਤੁਹਾਡਾ ਮੇਰਾ ਕਹਿਣਾ ਇਹ ਹੈ ਕਿ ਹੁਸ਼ਿਆਰਪੁਰ ਤੋਂ ਇੱਕ ਟਰੱਕਵਾ ਦੇ ਉੱਪਰ ਤੇਰੇ ਨਾਲ ਹਾਦਸੇ ਹੋ ਕੇ ਜਾਣ ਤੋਂ ਦੂਰ ਹੋ ਗਿਆ ਅਚਾਨਕ ਜਿਆਦਪੁਰ ਅੱਡੇ ਦੇ ਥੋੜਾ ਜਿਹਾ ਅੱਗੇ ਪੰਪ ਦਾ ਦਰਖਤ ਆਪਣੇ ਆਪ ਟੁੱਟ ਕੇ ਉਹਨਾਂ ਦੇ ਉੱਪਰ ਡਿੱਗ ਪਿਆ ਉਹਨਾਂ ਦੀ ਹਸਪਤਾਲ ਕਿੰਨਾ ਜਾਣਾ ਵੀ ਹਾਦਸੇ ਦੀ ਬੜੀ ਗੰਭੀਰ ਹੈ ਸਿਵਲ ਹਸਪਤਾਲ ਦਾਖਲ ਕਰਾਇਆ ਜਾ ਰਿਹਾ ਇਹ ਕਿੱਥੋਂ ਕਿੱਧਰੋਂ ਜਾ ਰਹੇ ਸੀਗੇ ਹੁਸ਼ਿਆਰਪੁਰ ਤੋਂ ਮਾਲਪੁਰ ਨੂੰ ਜਾ ਰਹੇ ਉਹਨਾਂ ਦੀ ਹੁਣ ਹਾਲਤ ਕਿਹੋ ਜਿਹੀ ਆ ਜਦੋਂ ਮੌਕੇ ਤੇ ਚੱਕਿਆ ਸੀ ਜਾਰੀ ਉਹਨਾਂ ਦੀ ਸੀਰੇ ਸਾਹ ਤਿੰਨਾਂ ਦੇ ਸੱਟਾਂ ਲੱਗੀਆਂ ਨੇ ਤਿੰਨੇ ਫਿਰੇ ਆ ਗਏ ਨੇ ਠੀਕ